ਪ੍ਰਿਯੰਕਾ ਚੋਪੜਾ ਦੇ ਪੌਪ ਸਿੰਗਰ ਨਿੱਕ ਨੇ ਮੁੰਬਈ 'ਚ ਇੰਡੀਅਨ ਕਲਚਰ ਦੇ ਅਨੁਸਾਰ ਇੰਗੇਜਮੈਂਟ ਸੈਰੇਮਨੀ ਕਰਵਾ ਲਈ। ਇਸ ਮੌਕੇ ਪ੍ਰਿਯੰਕਾ ਚੋਪੜਾ ਤੇ ਨਿੱਕ ਦੋਵੇਂ ਹੀ ਬਹੁਤ ਖੂਬਸੂਰਤ ਲੱਗ ਰਹੇ ਸਨ। ਦੱਸ ਦਈਏ ਕਿ ਇਸ ਮੌਕੇ ਸਿਰਫ ਉਹਨਾਂ ਦੇ ਪਰਿਵਾਰ ਵਾਲੇ ਤੇ ਕੁਝ ਕਰੀਬੀ ਦੋਸਤ ਹੀ ਸ਼ਾਮਲ ਸਨ। ਪ੍ਰਿਯੰਕਾ ਚੋਪੜਾ ਦੀ ਭੈਣ ਪਰੀਨੀਤੀ ਚੋਪੜਾ ਤੇ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਵੀ ਇਸ ਮੌਕੇ ਮੌਜੂਦ ਸਨ ਤੇ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਪੰਡਿਤ ਜੀ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਨਿੱਕ ਬਹੁਤ ਹੀ ਚੰਗੇ ਇਨਸਾਨ ਹਨ ਤੇ ਵਿਆਹ ਦੀ ਹਲੇ ਕੋਈ ਵੀ ਤਰੀਕ ਫਾਈਨਲ ਨਹੀਂ ਕੀਤੀ ਗਈ। ਮੁੰਬਈ ਦੇ ਜੂਹੂ 'ਚ ਪ੍ਰਿਯੰਕਾ ਚੋਪੜਾ ਦੇ ਘਰ ਇੰਗੇਜਮੈਂਟ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਾਲੀਵੁੱਡ ਦੇ ਤਮਾਮ ਕਲਾਕਾਰ ਨਜ਼ਰ ਆਏ। ਸਾਰੇ ਹੀ ਬਹੁਤ ਖੁਸ਼ ਸੀ ਤੇ ਸਭ ਨੇ ਪ੍ਰਿਯੰਕਾ ਨੂੰ ਇਸ ਮੌਕੇ ਵਧਾਈਆਂ ਦਿੱਤੀਆਂ। ਜੈਕੀ ਬਗਨਾਨੀ 2 ਸਾਲ ਬਾਅਦ ਕਮਬੈਕ ਕਰ ਰਹੇ ਨੇ ਆਪਣੀ ਫਿਲਮ ਮਿੱਤਰੋ ਦੇ ਨਾਲ ਤੇ ਉਹਨਾਂ ਦੇ ਓਪੋਜ਼ਿਟ ਕੰਮ ਕਰ ਰਹੀ ਹੈ ਟੀਵੀ ਦੀ ਜਾਣੀ ਮਾਨੀ ਹਸਤੀ ਕ੍ਰਿਤਿਕਾ ਕਾਮਰਾ। ਮਿੱਤਰੋ ਫਿਲਮ ਅਜਿਹੀ ਹੈ ਕਿ ਇੱਕ ਮੁੰਡਾ ਗੁਜਰਾਤੀ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਤੇ ਇੱਕ ਲੂਜ਼ਰ ਹੈ। ਜੈਕੀ ਬਗਨਾਨੀ ਨਜ਼ਰ ਆਏ ਬੈਰਲ ਐਂਡ ਕੋ ਦੇ ਵਿੱਚ ਆਪਣੀ ਫਿਲਮ ਨੂੰ ਪ੍ਰਮੋਟ ਕਰਦੇ ਹੋਏ। ਆਯੂ ਸ਼ਰਮਾ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਨੇ ਆਪਣੀ ਫਿਲਮ ਲਵ ਰਤਰੀ ਦੇ ਨਾਲ ਤੇ ਇਸ ਮੌਕੇ ਉਹ ਪ੍ਰਮੋਟ ਕਰਦੇ ਹੋਏ ਨਜ਼ਰ ਆਏ ਵਰੀਨਾ ਹੁਸੈਨ ਦੇ ਨਾਲ ਬੰਬੇ ਅੱਡਾ ਦੇ ਵਿੱਚ। ਇਸ ਮੌਕੇ ਡੀਜੇ ਚੇਤਾਸ ਤੇ ਦਰਸ਼ਨ ਰਾਵਲ ਵੀ ਮੌਜੂਦ ਸਨ। ਉਹਨਾਂ ਨੇ ਇਸ ਫਿਲਮ ਦੇ ਵਿੱਚ ਬਹੁਤ ਹੀ ਵਧੀਆ ਇੱਕ ਗੀਤ ਨੂੰ ਆਵਾਜ਼ ਤੇ 'ਮਿਊਜ਼ਿਕ' ਦਿੱਤਾ ਹੈ। ਹੁਣ ਦੇਖਣਾ ਦਿਲਚਸਪ ਹੋਏਗਾ ਕਿ ਇਸ ਮੂਵੀ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਨੇ। ਅਨਿਲ ਕਪੂਰ ਨੂੰ ਇੱਕ ਪਾਰਕ ਦੇ ਵਿੱਚ ਸਪੋਟ ਕੀਤਾ ਗਿਆ ਜਿੱਥੇ ਉਹ ਜੋਗਿੰਗ ਕਰ ਰਹੇ ਸਨ। ਦੱਸ ਦਈਏ ਕਿ ਅਨਿਲ ਕਪੂਰ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਹਰ ਕੋਸ਼ਿਸ਼ ਕਰਦੇ ਨੇ ਤੇ ਫਿਟਨੈਸ ਲਈ ਉਹ ਹਰ ਸੰਭਵ ਕੋਸ਼ਿਸ਼ ਵੀ ਕਰਦੇ ਨਜ਼ਰ ਆਉਂਦੇ ਨੇ। ਮੁੰਬਈ ਦੇ ਵੀਰਵਾਨੀ ਇੰਡੀਆ ਸਟ੍ਰੀਟ 'ਚ ਨਾਗਿਨ ਦੀ ਐਕਟਰੈਸ ਆਸ਼ਕਾ ਆਪਣਾ ਫੋਟੋ ਸ਼ੂਟ ਕਰਵਾਉਂਦੀ ਹੋਈ ਨਜ਼ਰ ਆਈ। ਦੱਸ ਦਈਏ ਕਿ ਇਹ ਫੋਟੋ ਸ਼ੂਟ ਔਰਸ ਫਲਕ ਬ੍ਰਾਈਡਲ ਕਲੈਕਸ਼ਨ ਵਾਸਤੇ ਸੀ ਤੇ ਇਸ ਨੂੰ ਫੋਟੋ ਸ਼ੂਟ ਕੀਤਾ ਫੋਟੋਗ੍ਰਾਫਰ ਵਿਜੇ ਜੈਨ ਹੋਰਾਂ ਨੇ। ਇਸ ਮੌਕੇ ਔਰਸ ਫਲਕ ਬ੍ਰਾਈਡਲ ਕਲੈਕਸ਼ਨ ਦੇ CEO ਵੀ ਮੌਜੂਦ ਸਨ ਤੇ ਸਭ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਇਹ ਬ੍ਰਾਈਡਲ ਕਲੈਕਸ਼ਨ ਬਹੁਤ ਹੀ ਵਧੀਆ ਹੈ ਤੇ ਹਰ ਕਿਸੇ ਨੂੰ ਇਹ ਪਸੰਦ ਵੀ ਆ ਰਿਹਾ ਹੈ।